ਜ਼ਿਲ੍ਹਾ ਪੁਲਿਸ ਮੁਖੀ ਦੀਪਕ ਹਿਲੋਰੀ ਵੱਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਨਵਾਂ ਸ਼ਹਿਰ ਵੱਲੋਂ 2 ਵਿਅਕਤੀਆਂ ਨੂੰ 350 ਗ੍ਰਾਮ ਹੈਰਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਅੱਜ SP ਜਾਂਚ ਸ਼ਹੀਦ ਭਗਤ ਸਿੰਘ ਨਗਰ ਬਲਰਾਜ ਸਿੰਘ ਅਤੇ DSP ਜਾਂਚ ਸੰਦੀਪ ਵਡੇਰਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਮੌਜੂਦਾ ਪੰਜਾਬ ਸਰਕਾਰ ਦੇ ਮਾਨਯੋਗ ਮਹਾਰਾਜਾ ਅਮਰਿੰਦਰ ਸਿੰਘ ਜੀ, ਮੁੱਖ ਮੰਤਰੀ ਪੰਜਾਬ, ਸ਼੍ਰੀ ਸੁਰੇਸ਼ ਅਰੋੜਾ ਜੀ, IPS ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਜੀ ਦੇ ਤਰਫ ਤੋਂ ਸਾਨੂੰ ਦਿਸ਼ਾ ਨਿਰਦੇਸ਼ ਹਨ, ਜਿਸ ਦੇ ਸੰਦਰਭ ਵਿੱਚ ਮਾਨਯੋਗ ਸ਼੍ਰੀ ਦੀਪਕ ਹਲੋਰੀ ਜੀ, IPS, SSP ਸਾਹਿਬ, SBS ਨਗਰ ਨਵਾਂ ਸ਼ਹਿਰ ਦੀ ਤਰਫ ਤੋਂ ਉਹਨਾਂ ਦੀ ਸੁਪਰਵਿਜ਼ਨ ਹੇਠ ਮੈਂ, ਜਾਣੀ ਕਿ ਬਲਰਾਜ ਸਿੰਘ, SP ਇਨਵੈਸਟੀਗੇਸ਼ਨ ਨਵਾਂ ਸ਼ਹਿਰ, ਸ਼੍ਰੀ DSP ਸ਼੍ਰੀ ਸੰਦੀਪ ਵਡੇਰਾ ਜੀ ਅਤੇ DSP ਨਵਾਂ ਸ਼ਹਿਰ ਸ਼੍ਰੀ ਮੁਖਤਿਆਰ ਰਾਏ ਜੀ ਅਤੇ CIA ਪੁਲਿਸ ਦੀ ਪਾਰਟੀ ਨੇ ਬਹੁਤ ਹੀ ਚੰਗੇ ਕੰਮ ਕਰਦੇ ਹੋਏ ਅਤੇ ਨਸ਼ਿਆਂ ਵਿਰੋਧ ਵਿੱਚ ਜੋ ਲਹਿਰ ਚਲਾਈ ਹੋਈ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਨੂੰ ਇੱਕ ਨਸ਼ਾ ਮੁਕਤ ਸਟੇਟ ਬਣਾਉਣਾ ਹੈ, ਉਸੇ ਦੀ ਲੜੀ ਦੇ ਸੰਦਰਭ ਵਿੱਚ ਇੱਕ CIA ਦੀ ਟੀਮ ਨੇ ਬਹੁਤ ਵੱਡੀ ਅਹਿਮ ਪ੍ਰਾਪਤੀ ਕੀਤੀ ਹੈ, ਜਿਸ ਦੇ ਸੰਦਰਭ ਵਿੱਚ ਉਹਨਾਂ ਨੇ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਸ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਪਿੰਡ ਨੀਲੋਵਾਲ ਅਤੇ ਪਿੰਡ ਦਿਲਾਵਰਪੁਰ ਦੇ ਮੋੜ 'ਤੇ ਸਾਡੀ CIA ਪੁਲਿਸ ਪਾਰਟੀ ਦੇ ASI ਜਸਵੀਰ ਸਿੰਘ ਨੇ ਨਾਕਾ ਲਗਾਇਆ ਹੋਇਆ ਸੀ। ਇੱਕ ਇਟਿਓਸ ਗੱਡੀ ਨੰਬਰ PV 32N 7109 ਜਿਹੜੀ ਕਿ ਰਾਹੋਂ ਦੀ ਤਰਫ ਤੋਂ ਆ ਰਹੀ ਸੀ, ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ, ਉਹਨਾਂ ਨੇ ਗੱਡੀ ਰੋਕਣ ਦੀ ਬਜਾਏ ਭਜਾਉਣ ਦਾ ਯਤਨ ਕੀਤਾ। ਜਿਹੜੀ ਗੱਡੀ ਸੀ ਅਚਾਨਕ ਕਿਸੇ ਜੀਰੀ ਦੇ ਵੱਢ ਵਾਲੇ ਖੇਤ ਵਿੱਚ ਐਂਟਰ ਕਰ ਗਈ, ਜਿੱਥੇ ਪੁਲਿਸ ਨੇ ਉਸ ਨੂੰ ਮੁਸਤੈਦੀ ਦੇ ਨਾਲ ਦਬੋਚ ਲਿਆ। ਉਸ ਦੀ ਸੂਚਨਾ ਉਹਨਾਂ ਨੇ ਫੂਲ ਰਾਏ, ਸਬ ਇੰਸਪੈਕਟਰ ਇੰਚਾਰਜ CIA ਨੂੰ ਦਿੱਤੀ, ਜਿਹੜੇ ਕਿ ਮੌਕੇ 'ਤੇ ਪਹੁੰਚੇ। ਉਹਨਾਂ ਨੇ ਮਾਨਯੋਗ ਸ਼੍ਰੀ ਮੁਖਤਿਆਰ ਰਾਏ ਜੀ, ਡਿਪਟੀ DSP ਨਵਾਂ ਸ਼ਹਿਰ ਨੂੰ ਮੌਕੇ 'ਤੇ ਆਉਣ ਲਈ ਬੇਨਤੀ ਕੀਤੀ। ਮੌਕੇ 'ਤੇ ਪੁੱਜ ਕੇ ਉਹਨਾਂ ਨੇ ਉਹਨਾਂ ਦੀ ਸੁਪਰਵਿਜ਼ਨ ਹੇਠ ਸਬ ਇੰਸਪੈਕਟਰ ਫੂਲ ਰਾਏ ਨੇ ਉਸ ਗੱਡੀ ਦੀ ਤਲਾਸ਼ੀ ਲਈ, ਉਹਨਾਂ ਬੰਦਿਆਂ ਦੀ ਤਲਾਸ਼ੀ ਲਈ ਜਿਨ੍ਹਾਂ ਦੇ ਕੋਲੋਂ, ਜਿਹੜਾ ਬਲਜੀਤ ਸਿੰਘ ਸੀ ਉਸ ਕੋਲੋਂ 90 ਗ੍ਰਾਮ ਹੈਰੋਇਨ ਅਤੇ ਦੂਸਰਾ ਹੈ ਕਰਨਜੀਤ ਸਿੰਘ ਜਿਸ ਦੇ ਕੋਲੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਨ੍ਹਾਂ ਦੇ ਖਿਲਾਫ਼ ਥਾਣਾ ਰਾਹੋਂ ਦੇ ਵਿੱਚ ਮੁਕੱਦਮਾ ਨੰਬਰ 114 ਅੰਡਰ ਸੈਕਸ਼ਨ 21-29-61-85 NDPS ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਹਨਾਂ ਦੋਸ਼ੀਆਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਆਸ ਹੈ।